ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਤੁਸੀਂ ਦੇਖ ਰਹੇ ਜਾਰਵਾਲਾ ਐਨੀਮਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਇਫਤਖਾਰ ਹਾਂ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਹੀ ਲੱਗੇ ਬੈਲ ਆਈਕਨ ਦੇ ਬਟਨ ਕੋ ਪ੍ਰੈਸ ਤਾਂ ਕਿ ਸਾਡਾ ਸਾਡੀ ਆਨ ਵਾਲੀ ਹਰ ਨਵੀਂ ਵੀਡੀਓ ਸਾਡੇ ਵੀਰਾਂ ਤੱਕ ਪਹੁੰਚੇ ਬਾਸਾਂ ਨੀ ਔਰ ਵੀਡੀਓ ਦੇਖਣ ਸਭ ਤੋਂ ਪਹਿਲੇ ਅਰਜ਼ਾਨਾ ਤਰ ਦੀ ਤਰ੍ਹਾਂ ਅੱਜ ਵੀਰਾਂ ਵਾਸਤੇ ਇੱਕ ਨੀਲੀ ਦਾ ਬ੍ਰਾਂਡ ਲੈ ਕੇ ਹਾਜ਼ਰ ਹੋਏ ਹਨ ਇੱਕ ਪੈਲਨ ਨੀਲੀ ਦੀ ਪੈਲਨ ਅਸਰ ਚੋਟੀ ਹੈ ਜਨਾਬ ਅਜੇ ਤਿਆਰ ਨਹੀਂ ਹੋਈ ਕੋਠ ਜਿਹੜਾ ਮਾਸ਼ਾਅੱਲਾ ਕਾ ਚਿੱਟੀ ਸਫੈਦ ਦਾ ਬਿਲਕੁਲ ਪੂਰਾ ਕੱਦ ਛੋਟੀ ਵੱਖੀ ਪੂਰੇ ਜਿਸਮ ਤੇ ਜਨਾਬ ਪਸ਼ਮ ਚਿੱਟੀ ਸਫੈਦ ਅਕਬਰੀਕ ਪੁੱਥੀ ਕੰਨ ਵੇਖੋ ਜਿਵੇਂ ਛੱਜ ਹੁੰਦਾ ਜਨਾਬ ਇੱਕ ਸਿੰਘ ਸਿੰਘ ਥੋੜਾ ਜਹਾਬਾ ਲੈ ਆਈਏ ਦੂਜਾ ਸਿੰਘ ਹੀ ਬਹੁਤ ਹੀ ਕਮਾਲ ਦੀ ਹੈ ਅੱਛੇ ਤੋਂ ਬਿਹਤਰੀਨ ਜਾਨਵਰੀ ਹਮੇਸ਼ਾ ਵਾਲਾ ਐਨੀਮਲ ਟੀਵੀ ਦੀ زینت ਰਹੇ ਨਾ ਅਤੇ ਕੋਸ਼ਿਸ਼ ਕਰੀਂ ਦੀ ਕਿ ਆਦੇ ਵੀਰਾਂ ਵਾਸਤੇ ਅੱਛੇ ਤੋਂ ਬਿਹਤਰੀਨ ਜਾਨਵਰ ਲੈਤੇ ਆਈਏ ਵੀ ਦੇਖ ਲਓ ਜਨਾਬ ਇੱਕ ਗੱਡੀ ਦੀ ਥੋੜੀ ਜਿਹੀ ਮਾ ਛੋਟੀ ਕੈਮਰੇ ਦੀ ਨਜ਼ਰ ਤੋਂ ਡਰਦੀ ਏ ਮੈਂ ਕੋਸ਼ਿਸ਼ ਵੀ ਕਰਨਾ ਕਿ ਨਾ ਮੂੰਹ ਪਰ ਦੇਖੀਏ ਐ ਜਨਾਬ ਦੇਖੋ ਤੁਨੀ ਕੋੜੀ ਕੈਮਰੇ ਦੀ ਨਜ਼ਰ ਏ ਬੜੀਆਂ ਛੋਟੀਆਂ ਛੋਟੇ ਥਾਲੀਆਂ ਬੜੀਆਂ ਸੋਹਣੀਆਂ ਨੇ ਜਨਾਬ ਬਿਲਕੁਲ ਛੋਟੀ ਵਕੀ ਟਾਕਾ ਵੇਹ ਲੋ ਜਨਾਬ ਦੇਖ ਲੋ نسلजात ਛੋਟੀ ਕੋ ਮਾਸ਼ਾਅੱਲਾ ਕਮਾਲ ਦੀ ਏ ਅਗਰ ਕੋਈ ਵੀਰਪਰਾ ਇਤਰਾਜ਼ ਕਰੇ نسلजात ਉਤੇ ਉਹ ਇਨਸ਼ਾਅੱਲਾ ਅਸੀਂ ਉਹਦਾ ਇਤਰਾਜ਼ ਵੀ ਦੂਰ ਕਰਾਂਗੇ ਕਮਜ਼ ਕਮ ਸਤ ਮਨ ਦੇ तकरीबन ਲਾਗੇ-ਬਾਗੇ ਦਾ ਵਜ਼ਨ ਹੈ ਚੋਟੀ ਦਾ ਜਨਾਬ ਅਸਰ ਚੋਟੀ نسل ਜਾਤ ਮੈਨੂੰ ਪੂਰੀ ਜਨਾਬ ਤੇ ਬਿਲਕੁਲ ਇਹ ਕਾਟਵਾਂ ਦੇ ਮੁੱਲ ਦੇ ਵਿੱਚ ਇਹ ਸਾਡੇ ਵੀਰਾਂ ਨੂੰ ਮਿਲੇਗੀ ਨਾਨਾ ਡਰ ਨਾ ਕਰ ਮਾਲੀਏ ਥੋੜੀ ਜੀ ਡਰਦੀ ਹੈ ਕੈਮਰੇ ਦੀ ਨਜ਼ਰ ਤੋਂ ਬਾਹਰ ਕੱਟ ਨਿਕਲਦੀਆਂ ਨੇ ਜਿਸ ਵੀਰ ਪ੍ਰਾਣ ਨੇ ਇਹ ਜਾਨਵਰ ਖਰੀਦਣਾ ਹੋਵੇ ਉਹ ਸਾਡੇ ਨਾਲ رابطہ ਕਰ ਸਕਦਾ WhatsApp ਸਾਡਾ ਰابطਾ ਤੇ WhatsApp ਨੰਬਰ ਸਕਰੀਨ ਦੇ ਉੱਪਰ 030042790676 ਮੈਂ ਕੋਸ਼ਿਸ਼ ਕਰਨਾ ਕਿ ਇਹਦਾ ਮੂੰਹ ਫੜ ਤੇ ਨੂੰ ਚੈੱਕ ਕਰੀਏ ਵੀ ਮੂੰਹ ਕਿਵੇਂ ਲੇਕਿਨ ਉਹ ਡਰਦੀ ਕੈਮਰੇ ਦੀ وجہ ਤੇ ਇਸ ਵਾਸਤੇ ਮੂੰਹ ਨਹੀਂ ਫੜਾ ਰਹੀ ਇਹ ਸਾਡੇ ਵੀਰ ਪ੍ਰਾ ਜਿਹੜੇ ਮੱਝਾਂ ਦੇ ਜਾਣੀ ਕਰਨੇ ਉਹ ਇਸ ਚੀਜ਼ ਨੂੰ ਪਛਾਣਨਗੇ ਕਿ ਵਾਕਿਆ ਇਹ ਜਾਨਵਰ ਹੈ ਜਾਂ ਨਹੀਂ ਹੈ ਜਨਾਬ ਨੇ ਦੀ ਕੀਮਤ ਇਹ ਫਾਈਨਲ ਜੀ ਡਿਮਾਂਡ ਮਾਲਕਾਂ ਨੇ ਕੀਤੀ ਹੈ 2,30,000 ਰੁਪਇਆ ਲੇਕਿਨ ਫਾਈਨਲ ਛੋਟੀ ਮਿਲੇਗੀ 2,15,000 ਦੀ ਇਹਦੇ ਵਿੱਚ 19 20 20 ਬੜੀ ਮੁਸ਼ਕਲ ਹੈ ਜੇ ਅਗਰ ਮਾਲਕ ਕਰਤੇ ਵਣਤਾ ਅੱਛੇ ਤੋਂ ਬਿਹਤਰੀਨ ਜਾਨਵਰ ਲੈਵਨ ਦੀ ਸਾਡੀ ਕੋਸ਼ਿਸ਼ ਹੁੰਦੀ ਕਿ ਸਾਡੇ ਵੀਰ ਪ੍ਰਾਜਾਨਵਰ ਦੇਖਣ ਤੇ ਦੇਖਣ ਔਰ ਦੇਖ ਤੇ ਖੁਸ਼ ਹੋਣ ਕਿ ਵਾਕਈ ਅਰ ਵਾਲਾ ਐਨੀਮਲ ਟੀਵੀ ਲੋਕਾਂ ਵਾਸਤੇ ਮਿਹਨਤ ਕਰਦਾ ਹੈ ਔਰ ਮਿਹਨਤ ਕਰਤੇ ਸਫਰ ਕਰਤੇ ਆ ਤੇ ਦੋਸਤਾਂ ਵਾਸਤੇ ਜਾਨਵਰ ਲੈ ਆਂਦੇ ਨੇ ਮੈਂ ਜਨਾਬ ਸਾਡੀ ਲੋਕੇਸ਼ਨ ਅਸੀਂ ਆਦੇ ਵੀਰਾਂ ਨਾਲ ਸ਼ੇਅਰ ਕਰਦੇ ਨੇ ਤਹਿਸੀਲ ਅਰਵਾਲਾ ਜ਼ਿਲ੍ਹਾ ਪਾਕ ਪਤਨ ਅਰਵਾਲਾ ਤੋਂ ਤਕਰੀਬਨ 10 ਤੋਂ 12 ਕਿਲੋਮੀਟਰ ਦੇ ਫਾਸਲੇ ਤੇ ਖੜੀ ਹੈ ਬਿਲਕੁਲ ਦਰਿਆ ਸਤਲੁਜ ਦੇ ਨਜ਼ਦੀਕ ਇਸ ਦੇ ਨਾਲ ਹੀ ਆਪਣੇ ਮੇਜ਼ਬਾਨ ਇਫਤਖਾਰ ਆਮ ਨੂੰ ਦਿਓ ਇਜਾਜ਼ਤ ਅੱਲਾ ਨਿਗੇਬਾਨ